हाँ जी, सत श्री अकाल जी, सारे नूं स्वागत है जी तुहाडा अपनी नवीं वीडियो दे विच। अज दी वीडियो दे विच असीं तुहानूं बाबा गुरदित्ता जी, बाबा बुड्ढन शाह जी बारे दसांगे। ते वीडियो नूं असीं शुरू करदे हां। उत्तरी भारत दी सब तों प्रसिद्ध दरगाह साईं बाबा बुड्ढन शाह जी दी दरगाह श्री कीरतपुर साहिब दी पवित्र नगरी च इक उच्ची पहाड़ी ते स्थित है। साईं बाबा बुड्ढन शाह जी दा पिछोकड़ बगदाद शहर तो सी। साईं जी इस धरती ते रब की इबादत लई एक वधिया स्थान की भाल करते हुए जम्मू कश्मीर कुल्लू मनाली वाले रस्ते हुंदे हुए श्री कीरतपुर साहब के जंगलों में एक उच्ची पहाड़ी ते आके डेरा लाया। इतिहासकार अनुसार जदों साईं बाबा बुड्ढन शाह जी की उम्र 670 साल हो चुकी सी, कुदरत वालों उन्हें एक शेर, एक कुत्ता अते तीन बकरियां प्राप्त हुई सन। इन बकरियां शेर ते कुत्ता जंगल विच चार के लियांदे सन। चौथी उदासी वक्त श्री गुरु नानक देव जी कुल्लू मनाली की यात्रा करते हुए साईं बाबा बुड्ढन शाह जी के डेरे तो पधारे। उस वक्त भाई मरदाना जी अते भाई बाला जी भी नाल सन। मेहमानबाजी वजो साईं जी ने बकरियां दे दुध दी चिप्पी भर के श्री गुरु नानक देव जी नूं भेंट कीती। दुध दी चिप्पी वेख के गुरु जी साईं जी नूं आखण लगे, साईं जी दुध सानूं प्रवान है पर असीं हुण नहीं छकणा, ਇਹ ਦੁੱਧ ਅਸੀਂ ਛੇਵੇਂ ਜਾਮੇ ਵਿੱਚ ਛਕਾਂਗੇ। ਸਾਈਂ ਜੀ ਆਖਣ ਲੱਗੇ, ਮੇਰੀ ਤਾਂ ਪਹਿਲਾਂ ਹੀ ਇੰਨੀ ਉਮਰ ਹੋ ਚੁੱਕੀ ਹੈ, ਛੇਵੇਂ ਜਾਮੇ ਤੱਕ ਤਾਂ ਨਾ ਇਹ ਸੁੱਧ ਰਹਿਣੀ ਹੈ ਨਾ ਇਹ ਦੁੱਧ। ਇਹ ਗੱਲ ਸੁਣ ਕੇ ਗੁਰੂ ਜੀ ਆਖਣ ਲੱਗੇ, ਸਾਈਂ ਜੀ ਛੇਵੇਂ ਜਾਮੇ ਤੱਕ ਇਹ ਸੁੱਧ ਬੁੱਧ ਅਤੇ ਦੁੱਧ ਇਸੇ ਤਰ੍ਹਾਂ ਹੀ ਰਹਿਣਗੇ। ਇੰਨਾ ਬਚਨ ਕਰਕੇ ਗੁਰੂ ਜੀ ਭਾਈ ਬਾਲੇ ਅਤੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਅਗਲੀ ਯਾਤਰਾ ਵੱਲ ਚੱਲ ਪਏ। ਸਾਈਂ ਜੀ ਨੇ ਗੁਰੂ ਜੀ ਦੀ ਇਮਾਨਤ, ਦੁੱਧ ਨੂੰ ਆਪਣੇ ਧੂਣੇ ਨੂੰ ਇਹ ਆਖ ਕੇ ਦਬਾ ਦਿੱਤਾ ਕਿ ਇਹ ਇਮਾਨਤ ਤਾਂ ਨਿਰੰਕਾਰ ਦੀ ਹੈ, ਸਾਂਭ ਕੇ ਰੱਖੀ, ਅਤੇ ਆਪਣੇ ਛੇਵੇਂ ਜਾਮੇ ਦੀ ਉਡੀਕ ਕਰਨ ਲੱਗੇ। ਸਮਾਂ ਬੀਤਦਾ ਗਿਆ। ਛੇਵੇਂ ਪਾਤਸ਼ਾਹ ਸਮਾਂ ਆ ਗਿਆ। ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਆਦੇਸ਼ ਦਿੱਤਾ ਕਿ ਤੁਸੀਂ ਹਿਮਾਲਿਆ ਪਹਾੜ ਦੇ ਤਰਾਈ ਖੇਤਰੇ ਵਿੱਚ ਇੱਕ ਨਗਰ ਵਸਾਓ ਅਤੇ ਉੱਥੇ ਅਗਲੇ ਜਨਮ ਵਿੱਚ ਨਿਵਾਸ ਥਾਂ ਬਣਾਓ। ਬਾਬਾ ਗੁਰਦਿੱਤਾ ਜੀ ਨੇ ਪਿਤਾ ਜੀ ਨੂੰ ਬੇਨਤੀ ਕੀਤੀ, ਕਿਰਪਾ ਕਰਕੇ ਤੁਸੀਂ ਉਸ ਵਿਸ਼ੇਸ਼ ਥਾਂ ਦਾ ਚੋਣ ਕਰਕੇ ਦਿਓ। ਇਸ ਤਰ੍ਹਾਂ ਪਿਤਾ ਅਤੇ ਪੁੱਤਰ ਪਹਾੜ ਸੰਬੰਧੀ ਖੇਤਰ ਦੀ ਤਲਹੰਡੀ ਵਿੱਚ ਵਿਜਰਣ ਕਰਨ ਲੱਗੇ। ਇਸ ਵਿੱਚ ਗੁਰੂ ਜੀ ਨੇ ਆਪਣੇ ਸਪੁੱਤਰ ਗੁਰਦਿੱਤਾ ਜੀ ਨੂੰ ਦੱਸਿਆ, ਅਸੀਂ ਪਹਿਲੇ ਜਾਮੇ ਵਿੱਚ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਇੱਥੇ ਪ੍ਰਚਾਰ ਲਈ ਵਿਚਰਣ ਕਰ ਰਹੇ ਸੀ ਤਾਂ ਉਨ ਦਿਨਾਂ ਇੱਥੇ ਇੱਕ ਸਾਈਂ ਬੁੱਢਣ ਸ਼ਾਹ ਨਿਵਾਜ ਕਰਦੇ ਸੀ ਜਿਨ੍ਹਾਂ ਨੂੰ ਇਬਾਦਤ ਕਰਨ ਦੀ ਬਹੁਤ ਇੱਛਾ ਸੀ, ਇਸ ਲਈ ਉਹ ਲੰਮੀ ਉਮਰ ਦੀ ਇੱਛਾ ਰੱਖਦੇ ਸਨ। ਅਸੀਂ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਵੱਲੋਂ ਭੇਟ ਕੀਤਾ ਗਿਆ ਦੁੱਧ ਦਾ ਕਟੋਰਾ ਛੇਵੇਂ ਜਾਮੇ ਵਿੱਚ ਸਵੀਕਾਰ ਕਰਾਂਗੇ ਜਦੋਂ ਤੁਹਾਡੇ ਸਵਾਸਾਂ ਦੀ ਪੂੰਜੀ ਖਤਮ ਹੋਣ ਵਾਲੀ ਹੋਵੇਗੀ, ਹੁਣ ਉਹ ਵੀ ਸਮਾਂ ਆ ਗਿਆ ਹੈ। ਅਸੀਂ ਬੁੱਢਣ ਸ਼ਾਹ ਫਕੀਰ ਵੱਲੋਂ ਭੇਟ ਕਰਕੇ ਅਸੀਂ ਦੁੱਧ ਦਾ ਕਟੋਰਾ ਸਵੀਕਾਰ ਕਰਨਾ ਹੈ। ਗੁਰੂ ਜੀ ਨੇ ਇੱਕ ਪਹਾੜ ਸੰਬੰਧੀ ਗ੍ਰਾਮ ਵਿੱਚ ਪੀਰ ਬੁੱਢਣ ਸ਼ਾਹ ਨੂੰ ਖੋਜ ਹੀ ਲਿਆ। ਪੀਰ ਬੁੱਢਣ ਸ਼ਾਹ ਨੇ ਗੁਰੂ ਜੀ ਦਾ ਹਾਰਦਿਕ ਸਵਾਗਤ ਕੀਤਾ ਅਤੇ ਕਹਿਣ ਲੱਗੇ, ਇਹ ਤਾਂ ਠੀਕ ਹੈ ਕਿ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਅਧਿਕਾਰੀ ਹੋ, ਪਰ ਕਿਰਪਾ ਕਰਕੇ ਮੈਨੂੰ ਸ਼ਾਹੀ ਬਾਠਾਂ ਤੋਂ ਹੱਟ ਕੇ ਤੁਸੀਂ ਉਸੇ ਰੂਪ ਵਿੱਚ ਦਰਸ਼ਨ ਦਿਓ ਤਾਂ
गुरु जी ने बाबा गुरदित्ता जी को आदेश दिता कि वह श्री गुरु नानक देव जी का ध्यान धरके इशनान करके परतवा। बाबा गुरदित्ता जी ने अजिहा ही किया। जदों परत के साईं बुढ़न शाह के सन्मुख होए तो साईं बुढ़न शाह नूं ओह श्री गुरु नानक देव जी का रूप दिसे। ओह उन्हां दे चरणां विच डिग पए अते दुध का कटोरा भेंट करते हुए कहण लगे, कृपा करके तुसीं मेरे जन्म मरण का चक्कर खत्म कर दिओ। श्री गुरु नानक देव जी के रूप में बाबा गुरदित्ता जी ने कहा, थोड़ी इच्छा पूरी हुई। छेवें पातशाह धन श्री गुरु हरगोबिंद सिंह साहिब के सपुत्र बाबा गुरदित्ता जी ने श्री गुरु नानक देव जी के रूप में अपनी रखी इमानत दुध की इमानत साईं बाबा बुढ़न शाह जी तो आण की। उस समय साईं जी की उम्र इन्नी हो चुकी सी कि उन्हां दियां पलकां दे वाल भी धरती नाल लग रहे सन। साईं जी ने धूणे विच रखी दुध 121 साल बाद कढ़िया। ओह दुध जिवें कच्चा रखिया सी उसे तरह कच्चा निकलिया। ਉਹ ਦੁੱਧ ਬਾਬਾ ਗੁਰਦਿੱਤਾ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਛਕਿਆ। ਇਹ ਕਰਾਮਾਤੀ ਦੁੱਧ ਛਕਣ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੇ ਪਿੰਡ ਜਿੰਦਵੜੀ ਵਿੱਚ ਇੱਕ ਬਿਰਧਾ ਵਰਮਣੀ ਦੀ ਮਰੀ ਹੋਈ ਗਊਂ ਨਿੰਮੜੀ ਛੱਟੀ ਨਾਲ ਸੁੱਚੇ ਜਲ ਦੇ ਛਿੱਟੇ ਮਾਰ ਕੇ ਗਊ ਨੂੰ ਜਿਉਂਦਾ ਕਰ ਦਿੱਤਾ। ਜਦੋਂ ਇਹ ਗੱਲ ਉਹਨਾਂ ਦੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੂੰ ਪਤਾ ਲੱਗੀ ਤਾਂ ਉਹ ਬਾਬਾ ਗੁਰਦਿੱਤਾ ਜੀ ਨਾਲ ਨਾਰਾਜ਼ ਹੋ ਗਏ ਅਤੇ ਬਾਬਾ ਗੁਰਦਿੱਤਾ ਜੀ ਨੂੰ ਆਖਣ ਲੱਗੇ ਕਿ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਅੱਜ ਮਰੀ ਹੋਈ ਗਊ ਤੁਸੀਂ ਜਿਉਂਦਾ ਕੀਤੀ ਹੈ, ਕੱਲ੍ਹ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇਗਾ ਇੱਥੇ ਤਾਂ ਮਰੇ ਹੋਏ ਬੰਦਿਆਂ ਦੇ ਢੇਰ ਲੱਗ ਜਾਣਗੇ, ਤੁਸੀਂ ਕਿਸ ਕਿਸ ਨੂੰ ਜਿਉਂਦਾ ਕਰੋਗੇ। ਹੁਣ ਇਸ ਜਿਉਂਦਾ ਹੋਈ ਗਊ ਦੇ ਬਦਲੇ ਜਾਂ ਦੁਨੀਆ ਤੁਹਾਨੂੰ ਛੱਡਣੀ ਪਏਗੀ ਜਾਂ ਫਿਰ ਮੈਨੂੰ, ਕਿਉਂਕਿ ਇਸ ਤਰ੍ਹਾਂ ਕਰਕੇ ਤੁਸੀਂ ਕੁਦਰਤ ਦੇ ਬਣਾਏ ਹੋਏ ਨਿਯਮਾਂ ਨਾਲ ਛੇੜਛਾੜ ਕੀਤੀ ਹੈ। ਇੰਨੀ ਗੱਲ ਸੁਣ ਕੇ ਬਾਬਾ ਗੁਰਦਿੱਤਾ ਜੀ ਨੇ ਆਪਣੇ ਪਿਤਾ ਜੀ ਨੂੰ ਆਖਿਆ, ਪਿਤਾ ਜੀ ਗਲਤੀ ਮੇਰੇ ਕੋਲੋਂ ਹੋਈ ਹੈ, ਸਜ਼ਾ ਵੀ ਮੈਨੂੰ ਮਿਲਣੀ ਚਾਹੀਦੀ ਹੈ। ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਬਾਬਾ ਗੁਰਦਿੱਤਾ ਜੀ ਸਾਈਂ ਬੁੱਢਣ ਸ਼ਾਹ ਜੀ ਦੇ ਕੋਲ ਆ ਗਏ ਅਤੇ ਸਾਈਂ ਜੀ ਨੂੰ ਆਖਣ ਲੱਗੇ, ਸਾਈਂ ਜੀ ਮੈਨੂੰ ਤੁਹਾਡਾ ਸਥਾਨ ਚਾਹੀਦਾ ਹੈ, ਮੈਂ ਆਪਣਾ ਸਰੀਰ ਤਿਆਗਣਾ ਹੈ, ਤੁਸੀਂ ਆਪਣਾ ਡੇਰਾ ਅਗਲੀ ਪਹਾੜੀ 'ਤੇ ਲਗਾ ਲਓ। ਇੰਨੀ ਗੱਲ ਸੁਣ ਕੇ ਸਾਈਂ ਜੀ ਆਖਣ ਲੱਗੇ, ਬਾਬਾ ਜੀ ਇਹ ਜਗ੍ਹਾ ਵੀ ਤੁਹਾਡੀ ਅਤੇ ਇਹ ਸਰੀਰ ਵੀ ਤੁਹਾਡਾ, ਪਰੰਤੂ ਕੱਲ੍ਹ ਨੂੰ ਸੰਗਤਾਂ ਨੇ ਮੈਨੂੰ ਲੱਭਦਿਆਂ ਇੱਥੇ ਆਉਣਾ ਅਤੇ ਇੱਥੇ ਹੀ ਮੱਥਾ ਟੇਕ ਕੇ ਵਾਪਿਸ ਚਲੇ ਜਾਣਾ, ਮੇਰੇ ਕੋਲ ਅਗਲੀ ਪਹਾੜੀ 'ਤੇ ਕੌਣ ਆਵੇਗਾ। ਇਹ ਗੱਲ ਸੁਣ ਕੇ ਬਾਬਾ ਗੁਰਦਿੱਤਾ ਜੀ ਆਖਣ ਲੱਗੇ, ਸਾਈਂ ਜੀ ਮੇਰੇ ਘਰ ਸੋ ਤੇਰੇ ਘਰ, ਤੇਰੇ ਘਰ ਸੋ ਮੇਰੇ ਘਰ, ਭਾਵ ਕਿ ਮੇਰੇ ਘਰ ਅਤੇ ਤੁਹਾਡੇ ਘਰ ਵਿੱਚ ਕੋਈ ਅੰਤਰ ਨਹੀਂ ਹੈ। ਜੋ ਸੰਗਤਾਂ ਆਇਆ ਕਰਨਗੀਆਂ ਉਹਨਾਂ ਦੀ ਯਾਤਰਾ ਤੁਹਾਡੇ ਦਰਬਾਰ ਉੱਤੇ ਮੱਥਾ ਟੇਕ ਕੇ ਹੀ ਸਫਲ ਹੋਵੇਗੀ। ਇਹਨਾਂ ਵਚਨ ਮੰਨ ਕੇ ਸਾਈਂ ਜੀ ਸ਼ੇਰ ਕੁੱਤੇ ਅਤੇ ਬੱਕਰੀਆਂ ਨਾਲ ਲੈ ਕੇ ਅਗਲੀ ਪਹਾੜੀ 'ਤੇ ਚਲੇ ਗਏ। ਉਹਨਾਂ ਦੇ ਸਥਾਨ 'ਤੇ ਬਾਬਾ ਗੁਰਦਿੱਤਾ ਜੀ ਨੇ 1638 ਈਸਵੀ ਵਿੱਚ ਉਹੀ ਨਿੰਮ ਦੀ ਛੱਟੀ ਸਰਾਣੇ ਕੱਢ ਕੇ ਆਪ ਜੋਤੀ ਜੋਤ ਸਮਾ ਗਏ। ਇਸੇ ਸਥਾਨ 'ਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਬਣਿਆ ਹੋਇਆ ਹੈ। ਦੂਜੇ ਪਾਸੇ ਸਾਈਂ ਜੀ ਵੀ ਅੰਤਿਮ ਸਮੇਂ 802 ਸਾਲ 13 ਦਿਨ ਦੀ ਲੰਮੀ ਉਮਰ ਭੋਗ ਕੇ ਜੋਤੀ ਜੋਤ ਸਮਾ ਗਏ। ਦੱਸਿਆ ਜਾਂਦਾ ਹੈ ਕਿ ਸ਼ੇਰ ਕੁੱਤਾ ਅਤੇ ਬੱਕਰੀਆਂ ਵੀ ਉੱਥੇ ਹੀ ਸਮਾ ਗਏ ਸਨ। ਜਦੋਂ ਇਹ ਖਬਰ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਦਾ ਅੰਤਿਮ ਸੰਸਕਾਰ ਕੀਤਾ। ਜਦੋਂ ਸਾਈਂ ਬੁੱਢਣ ਸ਼ਾਹ ਜੀ ਵੀ ਜੋਤੀ ਜੋਤ ਸਮਾ ਗਏ ਤਾਂ ਉਹਨਾਂ ਦਾ ਵੀ ਪੂਰੇ ਮੁਸਲਿਮ ਰੀਤੀ ਰਿਵਾਜ਼ਾਂ ਅਨੁਸਾਰ ਆਪਣੇ ਹੱਥੀਂ ਦਫਨਾਇਆ ਅਤੇ ਚਾਦਰ
ਭੇਟ ਕੀਤੀ। ਇਹ ਦੋਵੇਂ ਹੀ ਸਥਾਨ ਕੁੱਲੂ ਮਨਾਲੀ ਰੋਡ ਉੱਤੇ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਹਨ। ਅੱਜ ਵੀ ਸਾਰੇ ਧਰਮਾਂ ਦੇ ਲੋਕ ਬੜੀ ਸ਼ਰਧਾ ਨਾਲ ਇਹਨਾਂ ਦੋਨਾਂ ਸਥਾਨਾਂ 'ਤੇ ਨਮਸਤਕ ਹੁੰਦੇ ਹਨ। ਹਾਂਜੀ, ਅਤੇ ਉਮੀਦ ਕਰਦੇ ਹਨ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਵੇਗੀ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੱਦਾਂ ਦੀ ਵੀਡੀਓ ਹੋਰ ਦੇਖਣ ਲਈ, ਅਤੇ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਹੋਰ ਵਧੀਆ ਹੋਵੇਗੀ।